ਇੱਕ ਪ੍ਰੋਫੈਸਰ ਤੇ ਇਲਜ਼ਾਮ ਲੱਗੇ ਨੇ, ਹਾਲਾਂਕਿ ਪਹਿਲਾਂ ਤੋਂ 3-4 ਸਟੂਡੈਂਟ ਸੀ, ਲੇਕਿਨ ਹੁਣ ਜਿਹੜੀ ਗਿਣਤੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਹਾਲਾਂਕਿ ਅਸੀਂ DAV ਕਾਲਜ ਦੇ ਬਿਲਕੁਲ ਬਾਹਰ ਮੌਜੂਦ ਹਾਂ। ਜਿਹੜੀ ਸ਼ਿਕਾਇਤ ਦਿੱਤੀ ਸੀ ਜਿਹੜੀ ਸਟੂਡੈਂਟਸ ਨੇ ਔਰ ਇਹਦੇ ਵਿੱਚ NSS ਵਾਲੰਟੀਅਰ ਵੀ ਨੇ ਕੁੜੀਆਂ, ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਕਈ ਦਿਨਾਂ ਤੋਂ ਜਿਹੜਾ ਪ੍ਰੋਫੈਸਰ ਹੈ ਇਸੇ ਕਾਲਜ ਦਾ ਪ੍ਰੋਫੈਸਰ ਹੈ ਜੋ ਕਿ ਲਗਾਤਾਰ ਸਨੈਪਚੈਟ ਤੇ ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਨੂੰ ਰਾਤਾਂ ਨੂੰ ਚੈਟਿੰਗ ਕਰਦਾ ਸੀਗਾ, ਉਹਨਾਂ ਨੂੰ ਮਿਲਣ ਦੀ ਗੱਲ ਕਰਦਾ ਸੀਗਾ। ਹਾਲਾਂਕਿ ਜਦ ਇਹ ਕੰਪਲੀਟ ਇੱਥੇ ਪਹੁੰਚੀ ਹੈ, ਜਿਹੜੀ ਮੈਨੇਜਮੈਂਟ ਹੈ ਜਿਹੜੀ ਇੰਟਰਨਲ ਜਿਹੜੀ ਮੈਨੇਜਮੈਂਟ ਹੈ, ਹੋਰ ਜਿਹੜੀ ਇਹਨਾਂ ਦੀ ਆਪਸੀ ਜਿਹੜੀ ਕਮੇਟੀ ਹੈ, ਉਹਨਾਂ ਦੇ ਕੋਲ ਜਦ ਇਹ ਕੰਪਲੇਂਟ ਪਹੁੰਚੀ ਹੈ ਤਾਂ ਕਿਤੇ ਨਾ ਕਿਤੇ ਇੱਕ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਆਈ ਹੈ ਕਿ ਕਾਫੀ ਦਿਨਾਂ ਤੋਂ ਇਹ ਜਿਹੜਾ ਪ੍ਰੋਫੈਸਰ ਹੈ ਉਹ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀਗਾ ਕੁੜੀਆਂ ਨੂੰ ਤੇ ਸਨੈਪਚੈਟ ਤੇ ਟੈਲੀਗ੍ਰਾਮ ਤੇ। ਉਹਦੇ ਸਿਰੇ ਜਿਹੜੀ ਉਹਦੇ ਇੱਕ ਸਕਰੀਨਸ਼ਾਟ ਹੈ ਉਹ ਵੀ ਨਿਊਜ਼ 18 ਦੇ ਕੋਲ ਮੌਜੂਦ ਹੈ। ਹੁਣ 2-3 ਚੀਜ਼ਾਂ ਇਹਦੇ ਵਿੱਚ ਬਹੁਤ ਅਹਿਮ ਹੈ, ਕਿਉਂਕਿ ਜਦ ਇਹ 3-4 ਕੁੜੀਆਂ ਨੇ ਸ਼ਿਕਾਇਤ ਦਿੱਤੀ ਤੇ ਹੋਰ ਵੀ ਕੁੜੀਆਂ ਦੀ ਸ਼ਿਕਾਇਤ ਜਿਹੜੀ ਹੈ ਉਹ ਮੈਨੇਜਮੈਂਟ ਦੇ ਕੋਲ ਪਹੁੰਚੀ ਹੈ, ਪਹਿਲੀ ਗੱਲ। ਦੂਜੀ ਗੱਲ, ਕੱਲ ਯਾਨੀ 21 ਤਰੀਕ ਨੂੰ ਹੁਣ ਇਹਦੇ ਵਿੱਚ ਗਵਾਹੀਆਂ ਹੋਣੀਆਂ, ਜਿਹੜੀ ਅੰਦਰੋਂ ਮੈਨੇਜਮੈਂਟ ਵੱਲੋਂ ਪਤਾ ਲੱਗਾ ਹੈ ਕਿ ਮੈਨੇਜਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੱਲ ਇਹਦੇ ਵਿੱਚ ਗਵਾਹੀਆਂ ਹੋਣੀਆਂ। ਉਸ ਤੋਂ ਬਾਅਦ 23 ਤਰੀਕ ਨੂੰ ਉਸ ਪ੍ਰੋਫੈਸਰ ਨੂੰ ਇੱਥੇ ਬੁਲਾਇਆ ਗਿਆ ਔਰ ਆਹਮਣੇ ਸਾਹਮਣੇ ਕਰਾਇਆ ਜਾਏਗਾ, ਯਾਨੀ ਕਿ ਜਿਹੜੀ ਵੀ ਸਟੂਡੈਂਟਸ ਨੇ ਜਿਨ੍ਹਾਂ ਨੇ ਇਲਜ਼ਾਮ ਲਾਇਆ ਉਹਨਾਂ ਦੇ ਆਹਮਣੇ ਸਾਹਮਣੇ ਕਰਾਇਆ ਜਾਏਗਾ। ਫਿਲਹਾਲ ਇਹ ਮਾਮਲਾ ਜਿਹੜਾ ਉਹ ਪੁਲਿਸ ਕੋਲ ਨਹੀਂ ਪਹੁੰਚਿਆ, ਲੇਕਿਨ ਇਹ ਬੜਾ ਜ਼ਰੂਰੀ ਹੁੰਦਾ ਕਿ ਜਿਸ ਕਾਲਜ ਦੇ ਅਸੀਂ ਪੜ੍ਹ ਰਹੇ ਹਾਂ, ਜਿਸ ਕਾਲਜ ਦੇ ਵਿੱਚ ਜਾਂ ਸਕੂਲ ਦੇ ਵਿੱਚ ਪੜ੍ਹਦੇ ਹਾਂ ਉੱਥੇ ਦਾ ਜਿਹੜਾ ਇਨਵਾਇਰਮੈਂਟ ਹੈ ਉਹ ਵਧੀਆ ਹੋਣਾ ਚਾਹੀਦਾ, ਕਿਉਂਕਿ ਇੱਥੇ ਸਟੂਡੈਂਟਸ ਪੜ੍ਹਨ ਵਾਸਤੇ ਆਉਂਦੇ, ਆਪਣਾ ਫਿਊਚਰ ਬਣਾਉਣ ਵਾਸਤੇ ਆਉਂਦੇ। ਲੇਕਿਨ ਇਸ ਤਰ੍ਹਾਂ ਦੀ ਜੇਕਰ ਚੀਜ਼ਾਂ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ, ਜੇਕਰ ਗੁਰੂ ਇਸ ਤਰ੍ਹਾਂ ਦਾ ਹੋਏਗਾ ਤਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ। ਇਸ ਕਰਕੇ ਮੈਨੇਜਮੈਂਟ ਵੱਲੋਂ ਜਿਹੜਾ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਇਹਦੇ 'ਚ ਇਨਵੈਸਟੀਗੇਸ਼ਨ ਕਰ ਰਹੇ, ਫਿਲਹਾਲ ਇਹ ਮਾਮਲਾ ਜਿਹੜਾ ਉਹ ਪੁਲਿਸ ਕੋਲ ਨਹੀਂ ਪਹੁੰਚਿਆ, ਲੇਕਿਨ ਕਈ ਚੀਜ਼ਾਂ ਨੇ ਜਿਸ ਨੂੰ ਸਮਝਣਾ ਹੋਵੇਗਾ। ਕਈ ਸਟੂਡੈਂਟ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਬ੍ਰਦਰ, ਤੁਸੀਂ ਇੱਥੇ ਹੀ ਸੀ ਕਾਲਜ 'ਚੋਂ? ਦੇਖੋ, ਇਹ 2-3 ਚੀਜ਼ਾਂ ਨੇ ਬਹੁਤ ਅਹਿਮ ਸਮਝਣ ਵਾਲੀ ਭਾਜੀ, ਕਿ ਇੱਕ ਕਾਲਜ ਹੈ, ਇਸ ਤਰ੍ਹਾਂ ਦੀ ਚੀਜ਼ਾਂ ਹੋ ਰਹੀਆਂ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਤੁਸੀਂ ਇੱਥੇ ਪੜ੍ਹਨ ਆਉਂਦੇ ਹੋ ਕਿ ਜੇਕਰ ਪ੍ਰੋਫੈਸਰ ਜਾਂ ਟੀਚਰ ਹੀ ਇਸ ਤਰ੍ਹਾਂ ਦੀ ਚੀਜ਼ਾਂ ਕਰਾਂਗਾ ਤਾਂ ਸਵਾਲੀਆ ਨਿਸ਼ਾਨ ਤਾਂ ਹੋਏਗਾ। ਹਾਂਜੀ, ਆਹ ਤਾਂ ਜੀ ਗਲਤ ਗੱਲ ਹੈ, ਟੀਚਰ ਨੂੰ ਆਪਾਂ ਆਪਣਾ ਗੁਰੂ ਸਮਾਨ ਮੰਨਦੇ ਹਾਂ, ਜੇ ਹੁਣ ਉਹੀ ਆਹ ਕੁਛ ਕਰਨ ਲੱਗ ਗਏ ਫਿਰ ਤਾਂ ਜੀ ਗਲਤ ਗੱਲ ਹੈ, ਫਿਰ ਤਾਂ ਨਿਆਣੇ ਨੂੰ ਸਿਕਿਓਰ ਹੈ, ਉਰੇ ਭੇਜਦੇ ਮਾਂ ਬਾਪ ਭੇਜਦੇ ਹੋ ਆਪਣੇ ਨਿਆਣਿਆਂ ਨੂੰ, ਬਿਲਕੁਲ, ਫਿਰ ਉਹ ਕਿਆ ਕਰੂੰਗਾ ਜੀ ਗਾਂ ਤੇ, ਫਿਰ ਉਹਨਾਂ ਦਾ ਪੜ੍ਹਾਈ ਪਰ ਤੇ ਮਨ ਉੱਠੂਗਾ ਨਿਆਣਿਆਂ ਦਾ। ਇਹ ਚੀਜ਼ ਹੈਗੀ ਸਵਾਲੀਆ ਨਿਸ਼ਾਨ ਤਾਂ ਭਾਜੀ ਹੈਗਾ। ਹਾਂ, ਆਪਾਂ ਇੱਕ ਟਰੱਸਟ ਵਾ ਭੇਜਦੇ ਹਾਂ ਨਾ, ਵੀ ਆਪਾਂ ਨੂੰ ਟਰੱਸਟ ਹੁੰਦਾ ਆਪਣੇ ਜਵਾਕਾਂ ਵਾ ਵੀ ਅੱਗੇ ਵੀ ਉਹ ਕੁਛ ਚੰਗਾ ਸਿੱਖੂਗੇ, ਜੇ ਉਹ ਆਹੀ ਚੀਜ਼ਾਂ ਸਿੱਖੂਗੇ ਆਪਾਂ ਕਿਆ ਅੱਗੇ ਆਪਾਂ ਕਿਆ ਸੋਚ ਲਵਾਂ ਉਹਨੂੰ ਕਿਆ ਐਜੂਕੇਸ਼ਨ ਮਿਲ ਰਹੀ। ਕਿਉਂਕਿ ਹੁਣ ਤਾਂ ਗਿਣਤੀ ਵੱਧਦੀ ਜਾ ਰਹੀ ਹੈ, ਤੁਸੀਂ ਇਸੇ ਕਾਲਜ ਦੇ ਹੋ, ਇਨਵਾਇਰਮੈਂਟ ਜੇ ਦੇਖੀਏ, ਪੜ੍ਹਾਈ ਲਿਖਾਈ, ਕੁੜੀਆਂ ਵੀ, ਹੋਸਟਲ ਵੀ ਇੱਥੇ ਸਾਰੇ ਨੇ। ਹਾਂਜੀ, ਹੁਣ ਆਏ ਨੇ ਵੀ ਹਰੇਕ ਦਾ ਆਪਾਂ ਦੇਖੋ ਬੜੀ ਸਿੰਪਲ ਜੀ ਗੱਲ ਹੈ, ਤੁਸੀਂ ਖੁਦ ਸਟੂਡੈਂਟ ਹੋ ਔਰ ਇਸ ਤਰ੍ਹਾਂ ਦਾ ਇਲਜ਼ਾਮ ਲੱਗਣਾ ਹੈ, ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਤਾਂ ਹੁੰਦਾ ਹੀ ਹੈ ਕਿ ਪ੍ਰੋਫੈਸਰ ਇਸ ਤਰ੍ਹਾਂ ਦੀ ਹਰਕਤ ਕਰ ਰਹੇ। ਗਲਤ ਗੱਲ ਕਰਨਾ ਹੀ ਚਾਹੀਦਾ, ਫਿਰ ਵੀ ਕਾਲਜ ਕਰਨਾ ਨੀ ਨਾ, ਬਹੁਤ ਜ਼ਰੂਰੀ ਹੈ। ਤੁਸੀਂ ਕਹੋਗੇ ਤੁਸੀਂ ਇਸੀ ਕਾਲਜ ਦਿਓ? ਕਿਉਂਕਿ ਇਹ ਪ੍ਰੋਫੈਸਰ ਤੇ ਇਲਜ਼ਾਮ ਲੱਗਿਆ ਹੈ, ਦੇਖੋ ਬੜੀ ਸੈਂਸਿਟਿਵ ਗੱਲ ਹੈ ਕਿ ਇੱਕ ਪ੍ਰੋਫੈਸਰ ਤੇ ਇਲਜ਼ਾਮ ਲੱਗਿਆ, ਕੁੜੀਆਂ ਨੇ ਲਾਇਆ ਕਿ ਸਾਨੂੰ ਮੈਸੇਜ ਕਰਦਾ ਸੀ, ਸਾਨੂੰ ਗਲਤ ਸ਼ਾਮ ਜੀ ਨੂੰ ਰਾਤ ਨੂੰ ਮੈਸੇਜ ਕਰਦਾ ਸੀਗਾ, ਕਿਸ ਤਰ੍ਹਾਂ ਵੇਖਦੇ ਹੋ? ਕਿਤੇ ਨਾ ਕਿਤੇ ਇਨਸਿਕਿਓਰ ਵੀ ਹੈਗਾ? ਨਹੀਂ, ਯਹਾਂ ਪੇ ਐਸੀ ਕੋਈ ਬਾਤ ਤਾਂ ਦੇਖੀ ਨਹੀਂ ਮੈਨੇ ਅਭੀ ਤੱਕ, ਕਿਉਂਕਿ ਮੈਂ ਵੀ ਯਹੀਂ ਪੇ ਪੜ੍ਹਤੀ ਹੂੰ। ਅੱਛਾ, ਮੇਰੇ ਸਾਥ ਤਾਂ ਹੋਆ ਨਹੀਂ ਅਭੀ ਤੱਕ। ਨਹੀਂ, ਆਪਕੇ ਸਾਥ ਨਹੀਂ ਹੋਆ, ਆਗੇ ਹੋ ਵੀ ਨਾ ਕਿਸੀ ਕੇ ਸਾਥ? ਨਹੀਂ, ਕੋਈ ਟੀਚਰ ਨਹੀਂ ਹੈ ਐਸਾ। ਐਸਾ ਨਹੀਂ, ਚਲੋ ਬਹੁਤ ਬਹੁਤ ਵਧੀਆ ਗੱਲ ਹੈ ਕਿ ਕੋਈ ਟੀਚਰ ਇਸ ਤਰ੍ਹਾਂ ਦਾ ਨਹੀਂ ਹੈ ਔਰ ਹੋਣਾ ਵੀ ਨਹੀਂ ਚਾਹੀਦਾ। ਲੇਕਿਨ ਬਹੁਤ ਸਾਰੇ ਕੁਐਸਚਨਸ ਨੇ, ਬਹੁਤ ਸਾਰੇ ਸਵਾਲ ਨੇ, ਕਿਉਂਕਿ ਜਿੰਨੇ ਵੀ ਸਟੂਡੈਂਟਸ ਨੇ DAV ਕਾਲਜ ਦੇ ਨੇ, ਤੁਸੀਂ ਤਾਂ ਲਗਾਤਾਰ ਪੜ੍ਹਦੇ ਵੀ ਹੋ, ਇੱਥੇ ਘੁੰਮਦੇ ਵੀ ਹੋ, ਸਾਰੇ ਹੋਸਟਲ 'ਚ ਵੀ, ਇਸ ਤਰ੍ਹਾਂ ਦਾ ਕੋਈ ਮਾਹੌਲ ਇਸ ਤਰ੍ਹਾਂ ਦਾ ਦੇਖਿਆ ਕਦੇ ਪਹਿਲਾਂ?
ਨਹੀਂ ਪਹਿਲਾਂ ਤਾਂ ਮੈਨੂੰ ਤਾਂ ਪਤਾ ਨਹੀਂ ਹੈ ਇੰਨਾ, ਐਸਾ ਹੁਣ ਫਰੈਸ਼ਰ ਹੈ ਨਹੀਂ ਇੰਨਾ, ਹੁਣ ਸਾਨੂੰ ਪਤਾ ਨਹੀਂ ਹੈ ਕਾਲਜ ਬਾਰੇ। ਅੱਛਾ ਹਾਂਜੀ, ਤੇ ਇਸ ਤਰ੍ਹਾਂ ਦੀ ਕੋਈ, ਕਿਉਂਕਿ ਇਲੈਕਸ਼ਨ ਟਾਈਮ 'ਚ ਇਸ ਤਰ੍ਹਾਂ ਦਾ, ਕਿਉਂਕਿ ਹੁਣ ਤਾਂ ਨਿਕਲ ਕੇ ਸਾਰੀ ਚੀਜ਼ਾਂ ਆ ਰਹੀਆਂ, ਸਟੂਡੈਂਟਸ ਦੀ ਜਿਹੜੀ ਗਿਣਤੀ ਆ ਉਹ ਵੱਧਦੀ ਜਾ ਰਹੀ ਹੈ, ਕਿ ਪਹਿਲਾਂ 3-4 ਸਟੂਡੈਂਟਸ ਨੇ ਦਿੱਤਾ ਸੀ ਕੁੜੀਆਂ ਨੇ, ਹੁਣ ਤਾਂ 20-25 ਹੋ ਚੁੱਕੀ। ਪੂਰੇ ਸ਼ੋਅ ਨਹੀਂ ਨਾ ਕਰਨ ਦਿੰਦੇ ਹੈ, ਜੇ ਹੁਣ ਕਿਸੇ ਨੂੰ ਪਤਾ ਲੱਗਦਾ ਵੀ ਅਗਲਾ ਕਹਿੰਦਾ ਵੀ ਕਾਹਨੂੰ ਐਕਸ਼ਨ ਲੈਣਾ, ਵੀ ਬਾਅਦ 'ਚ ਉਹ ਗੱਲ ਆਪਣੇ ਪਈ ਆ ਜਾਣੀ ਹੈ, ਕਿਉਂਕਿ ਇਨਸਾਫ਼ ਉਰੇ ਬਹੁਤ ਘੱਟ ਹੈ। ਜਦ ਤੱਕ ਇਹਨਾਂ ਗੱਲ ਸਿਰੇ ਤੱਕ ਨਾ ਆਵੇ ਉਰੇ ਕੋਈ ਇਨਸਾਫ਼ ਨੂੰ ਮਿਲਦਾ ਹੀ ਨਹੀਂ। ਬਾਅਦ ਮੈਂ ਹੁਣ ਆਹ ਵੀ ਗੱਲ ਹੈ ਵੀ ਜਿਕਣਾ ਹੁਣ ਆਹ ਗੱਲ ਵੀ ਮਤਲਬ ਮੇਨ ਰਿਪੋਰਟ 2-4 ਦਿਨ ਚੱਕਦੇ, ਬਾਅਦ ਮੈਂ ਫਿਰ ਉਹੀ ਦੱਬ ਜਾਂਦੀ ਗੱਲ ਵੀ, ਫਿਰ ਬਾਅਦ 'ਚ ਸੈਣਾ ਦਾ ਸਾਨੂੰ ਪੈਣਾ ਹੋਊਗਾ, ਜਿਹੜੇ ਨਿਆਣੇ ਪੜ੍ਹਦੇ ਉਹਨਾਂ ਪਰ ਵੀ ਤਾਂ ਐਕਸ਼ਨ ਆਊਗਾ ਜੀ। ਫਿਰ ਹੁਣ ਆਏ ਜੀ ਅਸੀਂ, ਹਾਂ ਅਸੀਂ ਅੱਜ ਕਹਿ ਦੇਵਾਂ ਹੈ ਨਾ ਵੀ ਅਸੀਂ ਨਾਲ ਹੈ, ਬਾਅਦ 'ਚ ਕੱਲ ਨੂੰ ਕੋਈ ਨਾ ਸਪੋਰਟ ਕਰੇ ਫਿਰ ਬਾਅਦ 'ਚ ਫਸਣਾ ਤਾਂ ਅਸੀਂ ਵੀ, ਤੁਸੀਂ ਉਹ ਮੂਹਰੇ ਹੋ ਕੇ ਬੋਲ ਰਹੇ ਤੇ ਫਿਰ ਕਿਹੜਾ ਸਪੋਰਟ ਕਰੂਗਾ ਜੀ। ਇਹ ਵੀ ਬਹੁਤ ਜਿਹੜੀ ਹੈਗੀ ਚੀਜ਼ਾਂ ਨੇ, ਹਾਲਾਂਕਿ ਸਟੂਡੈਂਟਸ ਨੇ ਉਹਨਾਂ ਦਾ ਬਿਲਕੁਲ ਸਾਫ਼ ਤੌਰ 'ਤੇ ਕਹਿਣਾ ਹੈ ਕਿ ਜਿੱਥੇ ਅਸੀਂ ਪੜ੍ਹਦੇ ਹਾਂ, ਜਿੱਥੇ ਦਾ ਅਸੀਂ ਪੜ੍ਹਾਈ ਕਰਨ ਆਏ ਹਾਂ, ਪਿੰਡਾਂ ਤੋਂ ਆਏ ਹਾਂ, ਸ਼ਹਿਰਾਂ ਤੋਂ ਆਏ, ਪੰਜਾਬ ਤੋਂ ਆਏ, ਕੋਈ ਹਰਿਆਣਾ ਤੋਂ, ਲੇਕਿਨ ਇਸ ਤਰ੍ਹਾਂ ਦਾ ਇਨਵਾਇਰਮੈਂਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਹਾਲਾਂਕਿ ਕੁੜੀਆਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਨੇਜਮੈਂਟ ਦੀ, ਮੈਨੇਜਮੈਂਟ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦਾ ਨਹੀਂ ਨਜ਼ਰ ਆ ਰਿਹਾ, ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਸੀ ਅੰਦਰ ਜਾਣ ਦੀ, ਜਿਹੜੇ ਇੱਥੇ ਦੇ ਮੈਨੇਜਮੈਂਟ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਗੁਰਜੋਤ, ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਦਾ ਨਹੀਂ ਨਜ਼ਰ ਆ ਰਿਹਾ, ਕੋਈ ਮੀਡੀਆ ਦੇ ਨਾਲ ਕੋਈ ਗੱਲਬਾਤ ਕਰਦਾ ਨਹੀਂ। ਲੇਕਿਨ ਅੰਦਰੋਂ ਤੋਂ ਜਿਹੜੀ ਜਾਣਕਾਰੀ ਨਿਊਜ਼ 18 ਨੂੰ ਮਿਲੀ ਹੈ ਕਿ 21 ਤਰੀਕ ਨੂੰ, ਯਾਨੀ ਕਿ 21 ਤਰੀਕ ਨੂੰ ਦੁਪਹਿਰ ਨੂੰ ਗਵਾਹੀਆਂ ਹੋਣੀਆਂ, ਜਿਹੜੀ ਵੀ ਸਟੂਡੈਂਟਸ ਨੇ ਇਹ ਪੂਰਾ ਲਿਖਿਤ 'ਚ ਦਿੱਤਾ ਹੈ ਪ੍ਰੋਫੈਸਰ ਦੇ ਖਿਲਾਫ਼, ਉਹਨਾਂ ਦੀ ਗਵਾਹੀਆਂ ਹੋਣੀਆਂ, ਅਤੇ 23 ਤਰੀਕ ਨੂੰ ਫਿਲਹਾਲ ਜਿਹੜਾ ਪ੍ਰੋਫੈਸਰ ਹੈ ਇਸੇ ਕਾਲਜ ਦਾ ਉਸਨੂੰ ਛੁੱਟੀਆਂ ਦੇ ਭੇਜ ਦਿੱਤਾ ਗਿਆ, ਉਹ ਛੁੱਟੀਆਂ 'ਤੇ ਨੇ, ਅਤੇ 23 ਤਰੀਕ ਨੂੰ ਉਸਨੂੰ ਇਸੇ ਕਾਲਜ ਦੇ ਵਿੱਚ ਬੁਲਾਇਆ ਗਿਆ ਕਿ ਕਾਲਜ ਦੇ ਵਿੱਚ ਆ ਕੇ ਆਹਮਣੇ ਸਾਹਮਣੇ ਜਿੰਨੀ ਵੀ ਕੁੜੀਆਂ ਨੇ ਇਹ, ਲੇਕਿਨ ਇਹਦੇ ਵਿੱਚ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਤਾਂ 3-4 ਸਟੂਡੈਂਟ ਸੀ ਕੁੜੀਆਂ ਜਿਨ੍ਹਾਂ ਨੇ ਇਹ ਕੰਪਲੇਂਟ ਦਿੱਤੀ ਸੀ ਉਹਦੇ ਖਿਲਾਫ਼, ਲੇਕਿਨ ਹੁਣ ਇਹ ਜਿਹੜੀ ਗਿਣਤੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ, ਗਿਣਤੀ ਯਾਨੀ ਕਿ 20 ਤੋਂ 25, 25 ਤੋਂ 30, ਯਾਨੀ ਕਿ ਉਹ ਪ੍ਰੋਫੈਸਰ ਇੱਕ ਨੂੰ ਨਹੀਂ ਕਈ ਕੁੜੀਆਂ ਨੂੰ ਮੈਸੇਜ ਕਰਦਾ ਸੀ, ਕਈ ਕੁੜੀਆਂ ਨੂੰ ਟੈਲੀਗ੍ਰਾਮ ਤੇ ਸਨੈਪਚੈਟ ਤੇ ਮੈਸੇਜ ਕਰਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ, ਉਹਨਾਂ ਨੂੰ ਮਿਲਣ ਵਾਸਤੇ ਕਹਿੰਦਾ ਸੀਗਾ, ਤੇ ਕਹਿ ਸਕਦੇ ਕਿ ਛੋਟੀ ਮੋਟੀ ਗੱਲ ਨਹੀਂ, ਇੱਕ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦਾ ਇੱਕ ਪ੍ਰੋਫੈਸਰ, ਇੱਕ ਗੁਰੂ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਤਾਂ ਕਿਤੇ ਨਾ ਕਿਤੇ ਫਿਰ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ, ਤੇ ਵਿਸ਼ਵਾਸ ਕਿਹਦੇ ਤੇ ਕਰ ਸਕਦੇ।